लो जी, कढ़ाई हो चुकी है गर्म एक बार फिर तो, ते परौंठे बनाने हैं पनीर दे। अज रेसिपी आ रही है पनीर दे परौंठिया दी। तेल पाता कढ़ाई थोड़ा जा, लगभग अद्धी कड़छी होना। ए तलूंगी प्याज। हलो जी, तेल हो चुके है गर्म, हुण इच पावांगे प्याज। बारीक पत्तिया का पाता प्याज, बन जा रहे हैं पनीर के पराठे। प्याज हो गया तैयार, बना रहे हैं इसमें पनीर टुकड़िया के हरिया वे, अब तक कर दे दें। लो जी, पनीर भुन लिया। आ पा लिया मिर्चा, लगभग 350 ग्राम पनीर थी, 1.5 चमच मिर्चा का, आधा पौना चमच हल्दी का, आ नमक इन्ना। परौंठे बनाने हो गया रेडी पनीर, हूँ ये परौंठे बनाऊंगी। चलो जी, आटे का कर लिया पेड़ा, पेड़े में इस तरह घुमाना है। चल परे चल भाई, इन इस तरह पाना बिच पनीर, आटे को फिर इस तरह कट्ठा करना है सारे नू, ऐ घुमाना है ताकि हुण देखो पेड़ा बन गया। पेड़े च पता नहीं लगता जोड़ कित्थे है, फिर इन इस तरह जरूर करना है। ये तो सीधा वेलना नहीं चलाना, अगर जो सीधा वेलना चलाता तो जोड़ा ये भरिया पनीर वो एक साइड च हो जूगा, ये परौंठा जो पाट जूगा। बस इन ए रखना है लगभग इड्डा बना के, इनू फिर इन हल्के बेलने बेलना, पड़ेथन लाना फुल, थोड़ा बहुत टुट भी जाऊगा तो भी कोई नहीं, परौंठा थोड़ा बन जूगा। चलो जी, आ हो गया तैयार, आ पाता तवे ते। पासा पलटता, उत्ते लाता है तेल, तेल ला के दोनों साइडा तो चंगी तरह लवेंगे सेक। इन चंगी तरह लाने तेल, थोड़ी जी अग तेज है पर उवें सेकना चंगी तरह, चंगा करारा क्रिस्पी होने तक सेकना है। देखो कितना सोहना परौंठा बनया, देखो फुल भी गया, वह तो मेरे हाथ की रोटी हमेशा फुलदी है, बढ़िया बन गया परौंठा। है ना पौना अज हटा दी तो आ देखो पराठे का कलर, ते फिर इन विचों भी दिखावांगे। दूजा परौंठा होर फड़न लग्या तैयार, इनू इस तरह जरूर चकना है, ते बाकी दे आटे नू तोड़ना जरूर है। अगर जे आटे ना तोड़ोगे ना, जिहड़ा आ आटा है ये जदों खाओगे ये आटा जिहा ही लगेगा विचाले, परौंठे दा जिहड़ा स्वाद वह नहीं आना, ते आटे जिहड़ा ही आऊगा जिन्ना चिर आ आटा तोड़ोगे ना। इस तरह बना के पेड़ा फिर उस तरह ही रिपीट करनी है, उस गल नू इस तरह थोड़ा जहा पड़ेथन वगैरह ज़्यादा ला लवे, टुटन का खतरा भी यदा रहा, थोड़ा हल्के हाथ नाल चलन दे। इस तरह दोनों पासियां तरह लवेंगे सेक, ओह
ਆਹ ਦੇਖੋ ਜੀ ਇਸ ਤਰ੍ਹਾਂ ਇੱਕਦਮ ਥੋੜਾ ਗਰਮ ਹੈ ਹੱਥ ਨੂੰ ਲੱਗਦਾ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਗਰਮ ਨੂੰ ਛੇੜਨਾ ਪੈਂਦਾ ਆਹ ਦੇਖੋ ਦੋਨੇ ਨਾ ਇਹਦੇ ਦੋਨੇ ਸਾਈਡਾਂ ਆ ਜਿਹੜੀਆਂ ਵਿੱਚੋਂ ਆਹ ਦੇਖੋ ਅਲੱਗ ਅਲੱਗ ਮੂਲੀ ਦੇ ਪਰੌਂਠੇ ਆਪਾਂ ਬਣਾਏ ਤੇ ਜਿਵੇਂ ਮੂਲੀ ਜਾਂਦੇ ਆਪਾਂ ਬਣਾਏ ਤੇ ਦੋ ਰੋਟੀਆਂ ਜੋੜ ਕੇ ਇਹਦੇ ਆਪਾਂ ਇੱਕ ਰੋਟੀ ਨਾਲ ਬਣਾਉਂਦੇ ਤੁਸੀਂ ਸਿੱਖਿਓ ਬਣਾਇਓ ਕਮੈਂਟ ਜ਼ਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਬੜੇ ਸਬਸਕ੍ਰਾਈਬਰ ਇਹ ਚੀਜ਼ ਮੈਨੂੰ ਔਖੀ ਆਉਂਦੀ ਹੈ ਕੱਲ੍ਹ ਪਰ ਰਿੰਕੂ ਨੇ ਲਾ ਰੱਖਿਆ ਸੀ ਸਟੇਟਸ ਅਤੇ ਉਹਨੂੰ ਵਿਚਾਰੇ ਨੂੰ ਸਬਸਕ੍ਰਾਈਬ ਨਾ ਕਹਿਣਾ ਹੋਵੇ ਮੇਰੇ ਵਾਂਗੂ ਅਤੇ ਉਹਦੇ ਲਾ ਰੱਖੇ ਲੋਕਾਂ ਨੇ ਸਟੇਟਸ ਹੱਸਣ ਵਾਲੀਆਂ ਘੁੱਗੀਆਂ ਲਾ ਲਾ ਕੇ ਅਤੇ ਸਟੇਟਸ ਲਾ ਰੱਖੇ ਵਿਚਾਰੇ ਦੇ ਮੈਂ ਕਿਹਾ ਕੋਈ ਮੇਰੇ ਵਰਗਾ ਹੋਣਾ ਆਹ ਦੇਖੋ ਪਰੌਂਠਾ ਹੋ ਗਿਆ ਤਿਆਰ ਇੱਕ ਵਾਰ ਫਿਰ ਤੋਂ ਅਤੇ ਹੁਣ ਆ ਰਿਹਾ ਆਪਣਾ ਤੀਜਾ ਪਰੌਂਠਾ ਬੜਾ ਇਸ ਤਰ੍ਹਾਂ ਕੋਹਲੀ ਜੀ ਦਾ ਸ਼ੇਪ ਦੇਣਾ ਜਿਵੇਂ ਕੋਹਲੀ ਹੁੰਦੀ ਆਪਣੀ ਕਟੋਰੀ ਉਸ ਦਾ ਸ਼ੇਪ ਜਿਵੇਂ ਦੇ ਕੇ ਫਿਰ ਇਹਦੇ ਵਿੱਚ ਭਰਨਾ ਪਨੀਰ ਜਿਹੜੀ ਆਪਾਂ ਸਟੈਪਿੰਗ ਰੈਡੀ ਕਰੀਏ ਉਹ ਭਰਨੀ ਫਿਰ ਇਹਨੂੰ ਇਸ ਤਰ੍ਹਾਂ ਸਾਰੇ ਨੂੰ ਕਰਨਾ ਇਕੱਠਾ ਇਕੱਠਾ ਕਰਕੇ ਇਸ ਤਰ੍ਹਾਂ ਘੁਮਾਉਣਾ ਤਾਂ ਕਿ ਕੋਈ ਵੀ ਕਰੈਕਿੰਗ ਨਾ ਰਹੇ ਇੱਥੇ ਇਸ ਸਾਈਡ 'ਤੇ ਕੋਈ ਵੀ ਕਰੈਕਿੰਗ ਨਾ ਰਹੇ ਫਿਰ ਇਹਨੂੰ ਇਸੇ ਤਰ੍ਹਾਂ ਹੀ ਪਰਾਂਤ 'ਚ ਐਵੇਂ ਫੈਲਾਉਣਾ ਫੈਲਾ ਕੇ ਫਿਰ ਇਹਨੂੰ ਹਲਕੇ ਵੇਲਣੇ ਨਾਲ ਐਵੇਂ ਵੇਲਣਾ ਜੇ ਮਾੜੀ ਮੋਟੀ ਉੱਤੋਂ ਦੇ ਜਿਵੇਂ ਪਨੀਰ ਕੋਈ ਕਈ ਵਾਰੀ ਪਾਉਂਦੇ ਵਾਰੀ ਕਲਡਾ ਕਰ ਬੈਠਦੇ ਹਾਂ ਆਪਾਂ ਉੱਤੋਂ ਪਰ ਦੀ ਦਿਸਦਾ ਰਹੇ ਤਾਂ ਵੀ ਕੋਈ ਗੱਲ ਨਹੀਂ ਉਦੋਂ ਵੀ ਸੋਹਣਾ ਲੱਗਦਾ ਦਿਸਦਾ ਲੈ ਹੁਣ ਮੈਂ ਇੱਕ ਪਰੌਂਠਾ ਤੁਹਾਨੂੰ ਗੁੜ ਦਾ ਬਣਾ ਕੇ ਦਿਖਾਉਂਗੀ ਜਿਹੜਾ ਮੈਂ ਗੁੜ ਉਸ ਦਿਨ ਬਣਾਇਆ ਸੀ ਗੁੜ ਤੁਹਾਨੂੰ ਪੱਟ ਕੇ ਦੇਣਾ ਗੰਢਿਆ ਵਾਲੇ ਹੱਥ ਮੇਰੇ ਦੇਖੋ ਜੀ ਪਿੱਛੇ ਪਾ ਰੱਖਿਆ ਸੀ ਮੈਂ ਵੀਡੀਓ ਗੁੜ ਦੀ ਰੈਸਪੀ ਦਾ ਮਿਹਰਬਾਨੀ ਤਾਂ ਨਹੀਂ ਕਰੀ ਕਿਉਂਕਿ ਹਜੇ ਮੈਂ ਹੁਰੀਆ ਠੀਕ ਨਹੀਂ ਕਰਿਆ ਆਪਦਾ ਮੇਰੇ ਵਾਲ ਵੂਲ ਖਿੱਲ ਰਹੇ ਹੈ ਅਤੇ ਆਹ ਦੇਖੋ ਪਿੱਛੇ ਮੈਂ ਗੁੜ ਦੀ ਰੈਸਪੀ ਪਾਈ ਸੀ ਜਿਹੜੀ ਅਤੇ ਆਹ ਦੇਖੋ ਉਹਦੀ ਗੋਲੀ ਜਿਹੜੀ ਮੈਂ ਤੁਹਾਨੂੰ ਉਸ ਦਿਨ ਕਹਿੰਦੀ ਸੀ ਵੀ ਗੋਲੀ ਵੱਟ ਕੇ ਆਹ ਦੇਖੋ ਉਹਦੀ ਆਹ ਉਸ ਗੁੜ ਦੀ ਗੋਲੀ ਹੈ ਇਹਦੇ ਮੈਂ ਅੱਜ ਜਸ਼ਨ ਨੂੰ ਗੁਣਾ ਕੇ ਦੇਣਾ ਪਰੌਂਠਾ ਤਾਂ ਕਿ ਜਸ਼ਨ ਦੀ ਹੈਗੀ ਤਬੀਅਤ ਖਰਾਬ ਅਤੇ ਸੇਮ ਹੀ ਤਰੀਕੇ ਨਾਲ ਬਣਾਊਂਗੀ ਗੰਢੇ ਵਾਲੇ ਹੱਥ ਮੈਂ ਹਰੇਕ ਚੀਜ਼ ਨੂੰ ਐਸੇ ਨਹੀਂ ਲਾਉਂਦੀ ਤਾਂ ਕਿ ਲੱਡੂ ਗੋਪਾਲ ਹੈ ਨਾ ਘਰੇ ਤਾਂ ਫਿਰ ਲੱਡੂ ਗੋਪਾਲ ਨੂੰ ਭੋਜਨ ਕਰਾਉਂਦੇ ਹਾਂ ਜਿਵੇਂ ਗੰਢੇ ਲਸਣ ਵਾਲੇ ਜਿਹੜੇ ਹੱਥ ਹੈ ਉਹ ਨਹੀਂ ਲਾਉਂਦੀ ਮੈਂ ਇਸ ਪਰੌਂਠੇ ਨੂੰ ਤਾਂ ਚਾਹੇ ਇਸ ਤਰ੍ਹਾਂ ਬਣਾ ਲਓ ਲੇਕਿਨ ਦੂਜਾ ਪਰੌਂਠਾ ਨੇ ਜਿਹੜਾ ਪਨੀਰ ਵਾਲਾ ਉਹਨੂੰ ਇਸ ਤਰ੍ਹਾਂ ਹੀ ਬਣਾਓ ਗੁੜ ਥੋੜ੍ਹਾ ਬਹੁਤਾ ਨਿਕਲੂਗਾ ਬਾਹਰ ਕੋਈ ਗੱਲ ਨਹੀਂ ਨਿਕਲੂਗਾ ਤਾਂ ਆਪਣਾ ਤੀਜਾ ਪਰੌਂਠਾ ਬਣ ਕੇ ਹੋ ਗਿਆ ਰੈਡੀ ਮੈਂ ਥੋੜ੍ਹਾ ਜਿਹਾ ਤੇਲ ਇਹਨਾਂ ਦੇ ਘੱਟ ਲਾਉਂਦੀ ਹਾਂ ਕਿਉਂਕਿ ਮੈਨੂੰ ਤੇਲ ਘੱਟ ਪਸੰਦ ਹੈ ਤੁਹਾਨੂੰ ਜੇ ਤੇਲ ਘਿਓ ਜੋ ਵੀ ਪਸੰਦ ਹੋਵੇ ਤੁਸੀਂ ਉਹ ਹੀ ਲਾਇਓ ਹੈਲੋ ਜੀ ਇਸ ਪਰੌਂਠੇ 'ਤੇ ਮੈਂ ਲਾਉਣ ਜਾ ਰਹੀ ਹਾਂ ਘਿਓ ਕਿਉਂਕਿ ਤੇਲ ਨਹੀਂ ਮੈਂ ਲਾਉਂਦੀ ਜਸ਼ਨ ਨੂੰ ਜ਼ੁਕਾਮ ਲੱਗਿਆ ਨਾ ਜ਼ੁਕਾਮ ਦੇ ਵਿੱਚ ਇਹ ਪਰੌਂਠਾ ਇੰਨਾ ਲਾਭਦਾਇਕ ਹੈ ਵੀ ਕੀ ਕਹਿਣ ਦੀ ਗੱਲ ਗੁੜ ਦੇ ਪਰੌਂਠੇ ਗੁੜ ਦੇ ਪਰੌਂਠੇ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਰਾਤ ਨੂੰ ਖਾ ਕੇ ਪੈ ਜਾਵੇ ਆਹ ਦੇਖੋ ਇੱਕਦਮ ਫੁੱਲਿਆ ਫੁੱਲਿਆ ਪਰੌਂਠਾ ਅਤੇ ਵਿੱਚੋਂ ਮਿੱਠਾ ਤਾਂ ਕਿ ਕਈਆਂ ਨੂੰ ਮੇਰੇ ਵਰਗਿਆਂ ਨੂੰ ਨਮਕੀਨ ਚੀਜ਼ ਨਹੀਂ ਪਸੰਦ ਹੁੰਦੀ ਤਾਂ ਗੁੜ ਦਾ ਬਣਾ ਕੇ ਖਾ ਲਵੇ ਕਿਉਂਕਿ ਜ਼ੁਕਾਮ ਹੈ ਜਿਹੜਾ ਗੁੜ ਦਾ ਪਰੌਂਠਾ ਖਾ ਕੇ ਅਤੇ ਗਰਮ ਪਾਣੀ ਪੀ ਕੇ ਅਤੇ ਸੌਂ ਜਾਵੇ ਅਤੇ ਸਵੇਰ ਨੂੰ ਜ਼ੁਕਾਮ ਦਾ ਅੱਧੋ ਅੱਧ ਫਰਕ ਪੈ ਜਾਂਦਾ ਲਓ ਜੀ ਬਣ ਗਿਆ ਗੁੜ ਦਾ ਪਰੌਂਠਾ ਲਓ ਜੀ ਇੱਕ ਪਰੌਂਠਾ ਹੋਰ ਆ ਰਿਹਾ ਗੁੜ ਦਾ ਡਿਮਾਂਡ ਆਈ ਹੈ ਪਰੌਂਠੇ ਦੀ ਤਾਂ ਮੈਂ ਇੱਕ ਪਰੌਂਠਾ ਗੁੜ ਦਾ ਹੋਰ ਬਣਾਉਣੇ ਜਾ ਰਹੀ ਹਾਂ ਹੱਥ 'ਤੇ ਲੱਗੀ ਕਾਲਸ ਕਿਉਂਕਿ ਅੱਜ ਚੁੱਲ੍ਹੇ ਦੀ ਸਰਦਾਰੀ ਮੇਰੇ ਕੋਲੇ ਹੈ ਤੂੰ ਪਰੇ ਹੋ ਜਾ ਬਾਈ ਕੁਛ ਨਹੀਂ ਕਰਨਾ ਪਤੰਗਬਾਜ਼ੀ ਵਾਸਤੇ ਘਰੇ ਰਹੇ ਹੈ ਕਿ ਤੂੰ ਜਸ਼ਨ ਸਵੇਰੇ ਸਵੇਰੇ ਰੋਟੀ ਖਵਾਤੀ ਅਤੇ ਖਾ ਕੇ ਰੋਟੀ ਇੰਨਾ ਤਕੜਾ ਕਰਿਆ ਨਾਟਕ ਜਾਣੀ ਕਿ ਵਿਚਾਰਾ ਬਹੁਤ ਜ਼ਿਆਦਾ ਬਿਮਾਰ ਹੈ ਅਤੇ Thank you.
बहुत तगड़ा बीमार है हम खा खू के गुड़ दी रोटी के सारा कुछ तो बोलता है क्या चलो पतंगबाजी करिए चल के वन बाई वन परौंठे हो गए तैयार चक ला लो जी गुड़ का परौंठा तो एक बारी तो फिर खुल गया इससे मैं लोनी है तेल क्योंकि इससे मैं घ्यो नहीं लाया एक मैं तेल का बना के विखाया थानू तेल लाओ चाहे घ्यो लाओ इस जगह तो हो गया पेंचर तो गैस निकल गई बाकी फुलिया हुआ परौंठा एकदम